ਇੱਥੇ ਰਿਕਾਰਡਿੰਗ ਵੀ ਹੋ ਰਹੀ ਹੈ ਬਿਸ਼ਕ ਮੁਕੋ ਮੋਬਾਈਲ ਤੇ ਜਾ ਕੇ ਦੇਵੀ ਦੇ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਗਦਾ ਹਾਂ ਆਪਣੇ ਕਰੀਮ ਕਾ ਮੇਰਾ ਤੀਨ ਪਾਰਾ ਹੈ ਨਾਮ ਦੇ ਸੁਭਾਨ ਅੱਲਾ ਮੈਂ ਹਜ਼ੂਰ ਕਿਬਲਾ ਆਲਮ ਪੀਰ ਸੈਯਦ ਨਸੀਬ ਅਲੀ ਸ਼ਾਹ ਸਾਹਿਬ ਰਹਿਮਤੁਲਾ ਅਲੈਹ ਦਾ ਦਰ ਦਾ ਗੁਲਾਮ ਹਾਂ ਔਰ ਮੇਰੇ ਵਾਲਿਦ ਗ੍ਰਾਮੀ ਨੂੰ ਉਹਨਾਂ ਬੁਲਾਇਆ ਸੀ ਮਤ ਕੋਈ ਭੁਲੇਖੇ ਵਿੱਚ ਰਵੇ ਇਹ ਤੁਸੀਂ ਜਲੂਸੜੀਆਂ ਵੀ ਕੱਢ ਲੈਂਦੇ ਹੋ ਤੁਸੀਂ ਆਪਣੇ ਮੈਂ ਗੱਲਾਂ ਨਹੀਂ ਕਰਨੀਆਂ ਸਨ ਲੇਕਿਨ ਮੈਨੂੰ ਦੁੱਖ ਨਾਲ ਅੱਜ ਕਰਨਾ ਪੈਂਦਾ ਅਗਲੇ ਸਾਲ ਇਨਸ਼ਾਅੱਲਾ ਲਾਈਨ ਹੋਵੇਗੀ ਜਾਂ ਤੁਸੀਂ ਇੱਧਰ ਹੋਵੋਗੇ ਜਾਂ ਉੱਧਰ ਹੋਵੋਗੇ ਇਨਫ ਇਜ਼ ਇਨਫ ਨੰਬਰ 3 ਇਹ ਦੂਸਰਾ ਤਾਲਬ ਨਾਲ ਜਾਤੀ ਹੁੰਦੀ ਹੈ ਮੈਂ ਕਿਸੇ ਬੰਦੇ ਨਾਲ ਜ਼ਿਕਰ ਨਹੀਂ ਕੀਤਾ ਇਹ ਰਹਿਮਤੁਲ ਆਲਮੀਨ ਦਾ ਦਿਨ ਹੈ ਇਹਦੇ ਵਿੱਚ ਸ਼ਿਕਵੇ ਨਹੀਂ ਕਰਨੇ ਲੇਕਿਨ ਮੈਂ ਕੋਈ ਬੰਦਾ ਮੇਰੀ ਸ਼ਰਾਫਤ ਨੂੰ ਮੇਰੀ ਕਮਜ਼ੋਰੀ ਨਾ ਸਮਝੇ ਮੈਂ ਅੱਲ੍ਹਾ ਲਿਲਾ ਦੀਆਂ ਕਹਿ ਰਿਹਾ ਔਰ ਮੈਂ ਬਿਸ਼ਕ ਰੂੜੀ ਜੇ ਵੀ ਬਹਿ ਜਾਣਾ ਮੈਨੂੰ ਪਤਾ ਮੇਰੇ ਸਾਈ ਔਰ ਮੇਰਾ ਇਹ ਮਹਿਫਲ ਪਾਕ ਰੱਖਣੀ ਔਰ ਮੈਂ ਬੜੇ ਬਾਵਸੂਕ ਤਰੀਕੇ ਨਾਲ ਕਹਿ ਰਿਹਾ ਮੈਂ ਜਿਹੜਾ ਉੱਠਿਆ ਵੀ ਹੈ ਨਾ ਕਾਸ਼ ਤੁਹਾਡੀ ਵੀ ਸਾਰਿਆਂ ਦੀ ਹਾਜ਼ਰੀ ਹੋਵੇ ਕਰੇ ਤੁਹਾਨੂੰ ਜਾਗਦਿਆਂ ਸਰਕਾਰ ਦੇ ਦੀਦਾਰ ਹੋਣਾ ਇਹ ਉਹ ਦਾਦੇ ਜਿਹੜੇ ਬਹੁ ਫੜਦੇ ਨੇ ਕਹਿੰਦੇ ਨੇ ਚੱਲ ਸਰਕਾਰ ਦੀ ਬਾਰਗਾਹ ਵਿੱਚ ਕੋਈ ਉੱਥੇ ਨਮਾਜ਼ ਨਹੀਂ ਦੇਖੀ ਜਾਂਦੀ ਕੋਈ ਸ਼ਜਰੇ ਨਹੀਂ ਦੇਖੇ ਜਾਂਦੇ ਕੋਈ ਕੰਮ ਸਿਰਫ ਮੇਰੇ ਪਾਪਿਆਂ ਦਾ ਨਜ਼ਰੇ ਕਰਮ ਅਗਲੇ ਸਾਲ ਇਨਸ਼ਾਅੱਲਾ ਸਾਡਾ ਟਾਈਮ ਟੇਬਲ ਹੋਏਗਾ ਸਾਡਾ ਜਲੂਸ ਹੋਵੇਗਾ ਸਾਡੀ ਮਹਿਫਲ ਹੋਵੇਗੀ ਕਿਸੇ ਦੇ ਪਿਓ ਦਾ ਜਲੂਸ ਨਹੀਂ ਹੈ ਮੇਰੇ ਨਾਨੇ ਦਾ ਜਲੂਸ ਹੈ ਮੇਰੇ ਦਾਦੇ ਦਾ ਜਲੂਸ ਹੈ ਨਾਰਾਏ ਤਕਬੀਰ ਨਾਰਾਏ ਸਾਲਾ ਨਾਰਾਏ ਹਾਜ਼ਰੀ ਔਰ ਮੈਂ ਤੁਹਾਨੂੰ 12 ਮਹੀਨੇ ਪਹਿਲੇ ਕਹਿ ਰਿਹਾ ਜਿਹਨੇ ਜਾਣਾ ਪੁੱਤਰ ਮੈਂ ਅਲਲਾਨੀਆਂ ਕਹਿੰਦਾ ਮੇਰਾ ਉਹਦੇ ਨਾਲ ਬਾਈਕਾਟ ਜਾਓ ਦੇਖਣਾ ਤੁਸੀਂ ਕਰਨਾ ਉਹ ਤੁਸੀਂ ਮੈਨੂੰ ਕੱਢੋ ਦਰੂਸੀ ਵਿੱਚ ਮੈਨੂੰ ਕੱਢੋ ਤੁਸੀਂ ਮੇਰੇ ਬਾਬਿਆਂ ਨੂੰ ਛੱਡੋ ਮੌਲਾ ਅਲੀ ਨੂੰ ਛੱਡੋ ਮੈਨੂੰ ਫਿਰ ਫੋਨ ਕਰ ਦਿਓ 9:59 ਤੇ ਕਿ 15 ਮਿੰਟ ਬਾਅਦ ਫਿਰ 10:15 ਫੋਨ ਕਰ ਦਿਓ 20 ਮਿੰਟ ਬਾਅਦ ਮੈਂ ਕਿਸੇ ਦੇ ਪਿਓ ਦਾ ਨੌਕਰ ਨਹੀਂ ਮੈਂ ਗਦਾ ਹੂੰ ਆਪਣੇ ਕਰੀਮ ਕਾ ਮੇਰਾ ਦੀਦ ਪਾਰਾ ਹੈ ਨਾ ਮੇਰੇ ਸਰਕਾਰ ਦੀ ਮਹਿਫਲ ਹੈ ਔਰ ਸਾਡਾ ਜਲੂਸ ਹੈ ਸਾਡੀ ਮਹਿਫਲ ਇਨਸ਼ਾਅੱਲਾ ਜਿੰਨਾ ਚਿਰ ਜ਼ਿੰਦਗੀ ਹੈ ਔਰ ਇਨਸ਼ਾਅੱਲਾ ਆਉਣ ਵਾਲੀਆਂ ਨਸਲਾਂ ਵੀ ਅਗਲੀ ਨਸਲ ਤੇ ਮੈਂ ਪੇਸ਼ ਕਰ ਦਿੱਤੀ ਬਾਕੀ ਬਾਬੇ ਜਾਣ ਬਾਬਿਆਂ ਦਾ ਕੰਮ ਜਾਣੇ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਕਬੂਲ ਤੇ ਮਨਜ਼ੂਰ ਫਰਮਾਏ ਇਨਸ਼ਾਅੱਲਾ ਅਗਲੇ ਸਾਲ ਅਸਾਂ ਗੱਜ ਵੱਜ ਕੇ ਜਲੂਸ ਵੀ ਕਰਨਾ ਜਿੱਥੇ ਵੀ ਦੱਸਾਂਗਾ ਉੱਥੇ ਆਵਾਂਗੇ ਠੀਕ ਹੈ ਦੋ ਚੀਜ਼ਾਂ ਨੇ ਮਿਸ ਕੀਤੀਆਂ ਨੇ ਲੇਕਿਨ ਇਨਸ਼ਾਅੱਲਾ ਸੈਯਦਾ ਪਾਕ ਸਲਾਮੁੱਲਾਹ ਅਲੈਹ ਨੇ ਅਸੀਂ ਹਾਜ਼ਰੀ ਕਰਵਾਈ ਮੇਰੀ ਮੈਨੂੰ ਮੈਂ ਆਪਣੀ ਹਕੀਕਤ ਮੈਂ ਆਪਣੀ ਮਾਂ ਨੂੰ ਲੇਕਿਨ ਸੈਯਦਾ ਪਾਕ ਸਲਾਮੁੱਲਾਹ ਅਲੈਹ ਦੀ ਅਸੀਂ ਸ਼ਫਕਤ ਹੈ ਉਹ ਸਾਡੀਆਂ ਮਾਵਾਂ ਸਾਰੀਆਂ ਮਾਵਾਂ ਤੋਂ ਵੱਡੀਆਂ ਮਾਵਾਂ